जदों असी मुंडे मुंडे खड़े सी उदों थोड़ा फोन खराब सी। कुड़ी आई है फौरी की दे देना मूवी। वाकई यकीन करो ये फोटो लेके किथे किथे जांदे इस तरह थोड़े फोटो बनाने दे नाल मेरे घर च प्रॉब्लम होंदी है। कौन सी जान? जान एक मिनट में फोटो। आहा इधर देखो साले मेरे ने देखी हुंदा एड्रेस सोणा कुड़ी आ खरोती फिर मैं इधर हो जा तू बगैर दे बचिया और देख दे पूरी देख देख पास देखो बस फोटो ते सुन ले खोती दे बचिया। सलाम अलैकुम तेरे खोती दे बचिया की मतलब अनपढ़ फैमिली दे आ तेनू गुस्सा आया तू कह हे गदी जादे आप कैसी वाह 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 खलो जा यार पढ़ी लिखी लग रही है बड़ी। यस जरा अंग्रेजी बोले व्हाट यू नेम ले इन्नी को तो मेनू भी आंदी कैसे आई एम प्रेग्नेंट क्या ही हैव नो फादर हिज मदर इज करप्ट एंड ही इज इलीगल चाइल्ड क्या मतलब हराम दा ਇਹ ਮਸਲੇ ਇੱਧਰ ਤੁਹਾਡੇ ਇਲਾਕਿਆਂ 'ਚ ਹੁੰਦੇ ਆ ਉੱਧਰ ਸਾਡੇ ਦਾਰੋ ਸਲਾਮ ਬਰੋਨਾਈ 'ਚ ਨਹੀਂ ਬਰੋਨਾਈ ਵਾਹ ਜੀ ਵਾਹ ਰੌਣਾ ਤੇਰੇ ਅੱਜ ਕੀ ਹਾਂ ਕੌਣ ਹੋ ਤੂੰ ਮੈਂ ਖੂਬਸੂਰਤ ਕੈਫ ਦੀ ਅੰਮੀ ਆ ਤੇ ਖਰਚਾ ਲੈਣ ਆਈ ਆ ਆਹੋ ਤੇ ਚੱਲ ਖੂਬਸੂਰਤ ਕੈਫ ਦਾ ਬੰਦ ਕੀਤਾ ਇੱਥੇ ਮੈਨੂੰ ਅੱਛਾ ਜੀ ਮੈਨੂੰ ਕੁਝ ਦੇ ਦਈਏ ਅਲਾਲਾ ਸਾਲੀਆ ਓਏ ਮੇਰਾ ਪੁੱਤਰ ਹੈ ਜੀ ਭਰਾ ਹੈ ਹਾਂ ਭਰਾ ਓ ਲਾਲਾ ਹਾਂ ਲਾਲਾ ਹਸਣਾ ਹੈ ਹਸੀ ਵਾਲੀ ਗੱਲ ਨਹੀਂ ਸੀਰੀਅਸ ਹੀ ਬਾਅਦ ਚ ਐਵੇਂ ਮੇਰਾ ਮਤਲਬ ਗਸ਼ਰ ਪੈ ਜਾ ਤੈਨੂੰ ਅੱਛਾ ਜੀ ਹੋ ਗਈ ਅੱਛਾ ਮੇਰੀ ਗੱਲ ਸੁਣ ਪਹਿਲੇ ਹੀ ਲਾਲਾ ਐਡਾ ਥੜਾ ਮਿਲਕ ਹੁੰਦਾ ਮੈਂ ਉੱਤੇ ਬਰਫ ਲਾ ਦੇਣੀ ਅੱਛਾ ਤੇ ਸੂਆ ਮੇਰਾ ਹੋਣਾ ਸੀ ਤੇਰੇ ਕੋਲ ਸੂਆ ਹੁੰਦਾ ਸਾਲਿਆ ਤੇਰੀ ਭੈਣ ਦੀ ਪੱਟੀ ਗੁੱਜਰ ਹੀ ਪਾੜ ਦੇ ਸਾਨੂੰ ਕੀ ਸਾਡਾ ਭਰਾ ਹੀ ਨਹੀਂ ਪਸੰਦ ਰਿਹਾ चिट्टा चोला आया बारू
ਦੀਵਾਲੀ ਦਾ ਫੰਕਸ਼ਨ ਬਣਿਆ ਉਸ ਤੋਂ ਬਾਅਦ ਇਹਨੇ ਕੰਮ ਛੱਡਤਾ ਉਹ ਕਿਉਂ ਆ ਵੀ ਨਾ ਦੀਵਾਲੀ ਦੇ ਤੁਹਾਨੂੰ ਪਤਾ ਹੈ ਏਡੇ ਲੰਮੇ ਬੰਦੇ ਵੱਡੇ ਵੱਡੇ ਬੰਦੇ ਏਡੇ ਏਡੇ ਉਹਨਾਂ ਦੇ ਹੱਥ ਓਏ ਹੋਏ ਇੱਕ ਵਾਰੀ ਦੁਆ ਮੰਗਣ 7 ਵਾਰੀ ਕਬੂਲ ਹੁੰਦੀ ਉੱਥੇ ਨੱਚਣ ਗਿਆ ਬਸ ਆਪਣੀ ਤਿਆਰੀ ਚ ਇੰਨਾ ਕਿ ਜਿੰਨਾ ਫੇਰ ਛੁਕਰੀਆਂ ਲਾਈਆਂ ਛੋਟੀਆਂ ਛੋਟੀਆਂ ਛੁਕਰੀਆਂ ਛੋਟੀਆਂ ਆਈ ਆਈ ਬਰੋਈਆਂ ਵੀ ਬਣਾਈਆਂ ਨੇ ਕੰਨਾਂ ਚ ਕਾਂਟੀਆਂ ਪਾਈਆਂ ਬਾਂਦਰੀ ਕੋਲੋਂ ਫਰਾਕ ਮੰਗਿਆ ਚੁਸਤੀ ਜੀ ਪਜਾਮੀ ਪਾਈ ਤੇ ਲਾਟੂ ਜਿਹਾ ਬਣ ਕੇ ਉੱਥੇ ਇੰਜ ਘੁੰਮੇ ਉਹ ਬੰਦਿਆਂ ਨੂੰ ਚੰਗਾ ਲੱਗਾ ਕਿਤੇ ਮੀਆਂ ਵਾਲੀ ਦੇ ਬੰਦੇ ਸੀ ਮੀਆਂ ਵਾਲੀ ਦੇ ਬੰਦੇ ਤੁਹਾਨੂੰ ਦੇਸੀ ਸ਼ਰਾਬ ਉਹਨਾਂ ਨੇ ਪੀਤੀ ਰੱਜ ਕੇ ਇਹਨੂੰ ਇੰਜ ਕਰਕੇ ਫੜਨ ਫੜ ਕੇ ਉੱਤੇ ਸੁੱਟਣ ਆਪ ਥੱਲੇ ਉਹ ਸਿੱਧੇ ਹੋ ਜਾਣ ਇਹ ਵਿਚਾਰਾ ਥੱਲੇ ਆਵੇ ਇਤਿਹਾਸ ਕਰਦਾ ਆਵੇ ਕਿਤੇ ਮੂੰਹ ਭਰ ਨਾ ਆ ਜਾਵਾਂ ਹੁੰਦਾ ਇਤਿਹਾਸ ਹੁੰਦਾ ਉਹ ਫਿਰ ਇਹਨੂੰ ਸੁੱਟਣ ਦੋ ਤਿੰਨ ਵਾਰੀ ਤੈਨੂੰ ਤਕਲੀਫ ਹੋਈ ਫਿਰ ਇਹਦਾ ਨਿਸ਼ਾਨਾ ਪੱਕਾ ਹੋ ਗਿਆ ਫਿਰ ਤੇ ਐਟਮਾ ਕਰਨਾ ਪਿਆ ਉਹ ਸੁੱਟਣ ਤੇ ਉੱਤੋਂ ਘੁੰਮ ਕੇ ਆਵੇ ਅਗਲੇ ਫੰਕਸ਼ਨ ਤੇ ਗਿਆ ਤੇ ਦਿੱਲੀ ਤੇ ਲੱਗੇ ਕਹਿੰਦਾ ਉਹ ਬੰਦੇ ਕਿਤੇ ਜਿਹੜੇ ਉੱਤੇ ਸੁੱਟਦੇ ਚਿੱਟਾ ਚੋਲਾ ਸੀ ਉਹ ਦਰਜ਼ੀ ਨਹੀਂ ਬੋਲੇਂਦਾ ਡੋਲੇ ਦੀ ਮਰਜ਼ੀ ਆ ਚੀਜ਼ ਇਹਦੀ ਆ ਅੱਛਾ ਇਹਨੇ ਕਾਲਾ ਵੀ ਨਹੀਂ ਸੀ ਹੋਣਾ ਇਹਦਾ ਪਿਓ ਖੁਸਰਾ ਸੀ ਤਾਂ ਹੋਇਆ